ਗੁਰਦੇਵ ਸਿੰਘ ਰੂਪਾਣਾ ਦੀ ਪੁਸਤਕ ਆਮ ਖਾਸ ਦੀ ਅਗਲੀ ਕਹਾਣੀ ਹੈ ਅਕਲ ਸਟੇਸ਼ਨ ਅਗੇ ਫੁੱਟਪਾਥ 'ਤੇ ਇੱਕ 11-12 ਸਾਲ ਦਾ ਮੁੰਡਾ ਖੜਾ ਹੈ ਦੋਵਾਂ ਹੱਥਾਂ 'ਚ ਫੜਿਆ ਥੈਲਾ ਉਹਦੇ ਗੋਡਿਆਂ 'ਤੇ ਲੰਮਕ ਰਿਹਾ ਹੈ ਜਿਸ ਤਰ੍ਹਾਂ ਹੈਰਾਨ ਹੋ ਕੇ ਉਹ ਸਭ ਕੁਝ ਵੇਖ ਰਿਹਾ ਹੈ ਉਹ ਤੋਂ ਲੱਗਦਾ ਹੈ ਹੁਣੇ-ਹੁਣੇ ਗੱਡੀ ਤੋਂ ਉਤਰ ਕੇ ਆਇਆ ਹੈ ਥੋੜੀ ਦੇਰ ਥੋਤੇ ਹੀ ਇੱਕ ਹੋਰ ਮੁੰਡਾ ਉਹਨੂੰ ਵੇਖ ਕੇ ਰੁਕ ਜਾਂਦਾ ਹੈ ਇਦੇ ਚਿਹਰੇ ਮੋਰੀ ਤੇ ਕੱਪੜਿਆਂ ਤੋਂ ਜਾਪਦਾ ਏ ਚਿਰ ਤੋਂ ਸ਼ਹਿਰ ਚ ਰਹਿੰਦਾ ਆ ਰਿਹਾ ਏ ਜਿਸ ਤਰ੍ਹਾਂ ਦਾ ਉਹ ਦਿਸਦਾ ਏ ਸ਼ਹਿਰ ਨੇ ਉਹਨੂੰ ਇਸ ਤਰ੍ਹਾਂ ਦਾ ਬਣਾ ਦਿੱਤਾ ਏ ਕੱਪੜੇ ਚਿੱਕੜ ਵਰਗੇ ਮੈਲਾ ਚਿਹਰਾ ਠੀਠਕਾ ਅਭੀ-ਅਭੀ ਆਇਓ ਉਹ ਨਵੇਂ ਆਏ ਮੁੰਡੇ ਨੂੰ ਪੁੱਛਦਾ ਨਵਾਂ ਮੁੰਡਾ ਸਿਰਫ ਉਹਦੇ ਵੱਲ ਵੇਖਦਾ ਏ ਅੱਛਾ ਕੀ ਆ ਜੋ ਇਧਰ ਚਲੇ ਆਏ ਐਸ਼ ਕਰੋਗੇ ਇਧਰ ਰੋਤੇ ਕਿਉਂ ਅਰੇ ਭਾਈ ਨਰਕ ਸੇ ਭੱਗ ਕੇ ਆਇਓ ਖੁਸ਼ੀ ਹੋਣਾ ਚਾਹੀਏ ਤੇਰੇ ਕੋ ਨਮਾ ਮੁੰਡਾ ਹੈਰਾਨੀ ਨਾਲ ਉਹਦੇ ਵੱਲ ਵੇਖਦਾ ਹੈ ਕੀ ਹੁਲੀਆ ਤੇ ਕੀ ਗੱਲਬਾਤ ਇਹਨੂੰ ਕਿਵੇਂ ਪਤਾ ਚੱਲ ਗਿਆ ਮੈਂ ਨੱਠ ਕੇ ਆਇਆ ਮੈਲਾ ਮੁੰਡਾ ਕਹਿੰਦਾ ਭਈਆ ਹੈਰਾਨ ਹੋਣ ਦੀ ਲੋੜ ਨਹੀਂ ਜੋਤਸ਼ੀ ਨਹੀਂ ਹੈ ਇਹਦੇ ਆਣ ਵਾਲਿਆਂ ਦੀ ਇੱਕੋ ਕਹਾਣੀ ਹੁੰਦੀ ਹੈ ਬਾਪ ਬਿਮਾਰ ਰਹਿਣ ਲੱਗਾ ਮਾਂ ਸਾਲੀ ਕਿਸੇ ਹੋਰ ਮਸਟੰਡੇ ਨਾਲ ਚਲੀ ਗਈ ਇੱਕ ਕਹਾਣੀ ਮਾਂ ਮਰ ਗਈ ਬਾਪ ਹਰਾਮੀ ਔਰ ਔਰਤ ਲਿਆਇਆ ਉਸ ਵਾਲੀ ਨੱਕ ਚ ਜਾਣ ਕਰ ਦਿੰਦੀ ਐ ਸ਼ਾਮ ਸਵੇਰੇ ਬਾਪ ਤੋਂ ਕਟਵਾਉਂਦੀ ਐ ਦੂਜੀ ਕਹਾਣੀ ਘਰ ਚ ਖਾਣ ਵਾਲੇ ਮੂੰਹ ਬਹੁਤੇ ਬਾਪ ਦੀ ਆਮਦਨ ਮਾਮੂਲੀ ਗੁੱਸੇ ਚ ਮਾਂ ਦੀਆਂ ਹੱਡੀਆਂ ਤੋੜਦਾ ਐ ਘਰ ਚ ਸਾਰਿਆਂ ਨੂੰ ਫੰਡ ਚਾੜਦਾ ਐ ਤੀਜੀ ਕਹਾਣੀ ਕਹਾਣੀਆਂ ਹੋਰ ਵੀ ਕਈ ਹੋ ਸਕਦੀਆਂ ਪਰ ਹੈ ਇੱਕੋ ਨਰਕ 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 ਸਾਲਾ ਦਿਨ ਰਾਤ ਨਰਕ ਉੱਠਦੇ ਬੈਠਦੇ ਨਰਕ ਖਾਣਾ ਪੀਣਾ ਨਰਕ ਦੱਸਣ ਦੀ ਲੋੜ ਨਹੀਂ ਆਪਣਾ ਨਾਮ ਦੱਸ ਬਸ ਕਿਸ਼ਨ ਮੈਨੂੰ ਗੋਪਾਲ ਕਹਿੰਦੇ ਨੇ ਕਿਸ਼ਨ ਭਈਆ ਤੂੰ ਠੀਕ ਜਗ੍ਹਾ ਪਹੁੰਚ ਗਿਆ ਹੈ ਰਹਿਣ ਵਾਸਤੇ ਅਸਲੀ ਥਾਂ ਸ਼ਹਿਰ ਹੈ ਇੱਧਰ ਦੋ ਚੀਜ਼ਾਂ ਬਹੁਤ ਨੇ ਅਕਲ ਤੇ ਪੈਸਾ ਅਕਲ ਲੜਾ ਕੇ ਜਾਂ ਪੈਸਾ ਇਕੱਠਾ ਕਰ ਲਓ ਜਾਂ ਐਸ਼ ਕਰ ਲਓ ਆਪਾਂ ਸਿਰਫ ਐਸ਼ ਕਰਦੇ ਆ ਬਿਨਾ ਤਣਕਾ ਤੋੜਨ ਦੇ ਇੱਕਦਮ ਐਸ਼ ਤੂੰ ਵੀ ਕਰ ਸਕਦਾ ਹੈ ਬਸ ਥੋੜੀ ਅਕਲ ਸਿੱਖਣੀ ਪੈਗੀ ਕੁਝ ਮੈਂ ਸਿਖਾ ਦੇਵਾਂਗਾ ਕੁਝ ਇੱਥੇ ਰਹਿ ਕੇ ਤੈਨੂੰ ਆਪ ਹੀ ਆ ਜਾਏਗੀ 10-15 ਦਿਨਾਂ 'ਚ ਬੋਲਦਾ ਜਾ ਰਿਹਾ ਹੈ ਬੋਲਦਾ ਜਾ ਰਿਹਾ ਕਿਸ਼ਨ ਨੂੰ ਆਪਣੀ ਗੱਲ ਦੱਸਣ ਦਾ ਮੌਕਾ ਹੀ ਨਹੀਂ ਦੇ ਰਿਹਾ ਉਹਦੀ ਗੱਲ ਟੁੱਕ ਕੇ ਆਪਣੀ ਕਹੀ ਦਿੰਦਾ ਹੈ ਉਹਦੇ ਫੁੱਫੇ ਦਾ ਛੋਟਾ ਭਾਈ ਇੱਥੇ ਕਈ ਸਾਲਾਂ ਤੋਂ ਰਹਿੰਦਾ ਆ ਰਿਹਾ ਹੈ ਜਹਾਜ਼ਾਂ ਦੇ ਅੱਡੇ ਕੋਲ ਕਿਸੇ ਬਸਤੀ 'ਚ ਉਹਦਾ ਮਕਾਨ ਹੈ ਉਹ ਚੰਗੀ ਜਾਣ ਪਛਾਣ ਵਾਲਾ ਬੰਦਾ ਹੈ ਕਿਤੇ ਉਹਦੀ ਨੌਕਰੀ ਲਵਾ ਦੇਗਾ ਉਹਦੇ ਕੋਲ ਜਾਣਾ ਚਾਹੁੰਦਾ ਹੈ ਗੋਪਾਲ ਚੁਟਕੀ ਮਾਰਦਾ ਲੋ ਸੁਣੋ ਹੁਣ ਤੱਕ ਫੁੱਫੇ ਦੇ ਭਾਈ ਨੂੰ ਵੀ ਅਕਲ ਆ ਗਈ ਹੋਣੀ ਹੈ ਆਪਾਂ ਨੂੰ 10-15 ਦਿਨਾਂ ਚ ਆ ਗਈ ਸੀ ਇੱਧਰ ਬੰਦੇ ਨੂੰ ਅਕਲ ਬਹੁਤ ਛੇਤੀ ਆਉਂਦੀ ਐ ਦੋ ਚਾਰ ਫਿਲਮਾਂ ਵੇਖੋ ਲੋਕਾਂ ਦੀਆਂ ਗੱਲਾਂ ਬਾਤਾਂ ਸੁਣੋ ਦੁਨੀਆ ਦਾ ਰੰਗ ਢੰਗ ਜਾਣੋ ਅਕਲ ਤੁਹਾਡੇ ਬੋਝੇ ਚ ਆਪਾਂ ਨੂੰ ਚੰਦ ਦਿਨਾਂ ਚ ਆ ਗਈ ਸੀ ਫੂਫੇ ਭਾਈ ਤਾਂ ਕਈ ਸਾਲਾਂ ਤੋਂ ਇੱਧਰ ਰਹਿੰਦਾ ਜ਼ਰੂਰ ਆ ਗਈ ਹੋएगी ਉਹਨੂੰ ਵੀ ਅਕਲ ਸੁਣ ਭਈਆ ਬਿਗੇਰ ਬਸਤੀ ਦੇ ਨਾਂ ਤੇ ਮਕਾਨ ਦੇ ਨੰਬਰ ਤੋਂ ਤੇ ਫੂਫੇ ਦੇ ਭਾਈ ਨੂੰ ਲੱਭ ਨਹੀਂ ਸਕਦਾ ਲੱਭਦਾ ਲੱਭਦਾ ਕਿਸੇ ਹੋਰ ਅਕਲ ਵਾਲੇ ਦੇ ਕਾਬੂ ਆ ਜਾਏਗਾ ਜੇ ਲਵ ਵੀ ਲਿਆ ਤਾਂ 10 ਤੇਰਾ ਕੀ ਲੱਗਿਆ ਕੀ ਰਿਸ਼ਤੇਦਾਰੀ ਹੋਈ ਕੱਟੇ ਦਾ ਬਲਦ ਪਤੀਜਾ ਦੂਰ ਦੇ ਨਾਤੇਦਾਰਾਂ ਨਾਲ ਲੋਕ ਬਹੁਤ ਅਕਲ ਤੋਂ ਕੰਮ ਲੈਂਦੇ ਇੱਧਰ ਤੈਨੂੰ ਮਿਲ ਕੇ ਬਹੁਤ ਖੁਸ਼ ਹੋਏਗਾ ਪਹਿਲੇ ਇੱਕ ਦੋ ਦਿਨ ਬੇਟਾ ਬੇਟਾ ਬੁਲੇਗਾ ਫਿਰ ਘਰ ਦੇ ਕੰਮ ਦੱਸਣੇ ਸ਼ੁਰੂ ਕਰ ਦੇਗਾ ਬੇਟਾ ਕਮੇਟੀ ਦੇ ਨਲਕੇ ਤੋਂ ਪਾਣੀ ਦੀਆਂ ਦੋ ਬਾਲਟੀਆਂ ਲਿਆ ਫੁੱਫੀ ਕਹੇਗੀ ਬੇਟਾ ਦੋ ਕੋ ਕੱਪੜਿਆਂ ਨੂੰ ਸਾਬਣ ਲਾ ਦੇ ਚਾਰ ਕੋ ਭਾਂਡੇ ਸਾਫ਼ ਕਰ ਦੇ ਕਣਕ ਪਿਸਵਾ ਲਿਆ ਝਾੜੂ ਪੋਚਾ ਕਰ ਲੈ ਖਾਲੀ ਹੋ ਗਿਆ ਤਾਂ ਛੋਟੀ ਭਈਆ ਨੂੰ ਫੜ ਲੈ ਮੈਂ ਪਰੋਸਣ ਦੇ ਹੋਆ ਵਾਂ ਤੇ ਦੋ ਰੋਟੀਆਂ ਦੇ ਕੇ ਚਾਰ ਵਾਰ ਯਾਦ ਕਰਾਉਣਗੇ ਇੱਕ ਦਿਨ ਤੈਨੂੰ ਕਿਸੇ ਟਾਬੇ ਤੇ ਰਖਵਾ ਦੇਗਾ ਭਾਂਡੇ ਤੂੰ ਮਾਂਜੇਗਾ ਤਨਖਾਹ ਉਹ ਲਿਆ ਉਹ ਲਿਆ ਕਰੇਗਾ ਤੇ ਤੈਨੂੰ ਪਤਾ ਹੀ ਨਹੀਂ ਲੱਗਣ ਦੇਗਾ ਤੇਰੀ ਤਨਖਾਹ ਕਿੰਨੀ ਹੈ ਤੇ ਬਾਪ ਨੂੰ ਚਿੱਠੀ ਲਿਖ ਦੇਗਾ ਮੁੰਨਾ ਇੱਧਰ ਬਹੁਤ ਖੁਸ਼ ਹੈ ਇਹਦਾ ਮਨ ਲੱਗ ਗਿਆ ਚਿੰਤਾ ਨਾ ਕਰਨਾ ਤੇ ਅਸੀਂ ਇਹਨੂੰ ਆਪਣਾ ਹੀ ਬੱਚਾ ਸਮਝਦੇ ਹਾਂ ਕੋਈ ਚੰਗੀ ਥਾਂ ਲੱਭ ਕੇ ਨੌਕਰੀ ਲਗਵਾ ਦੇਾਂਗੇ ਸਭ ਨੂੰ ਜੈ ਰਾਮ ਜੀ ਕੀ ਤੇ ਜੇ ਤੂੰ ਤਨਖਾਹ ਬਾਰੇ ਪੁੱਛੇਂਗਾ ਤੇ ਬੋਲੇਗਾ ਤੇਰੇ ਘਰ ਭੇਜ ਦਿੱਤੀ ਹੁਣ ਤੱਕ ਇੰਨੀ ਕਿ ਅਕਲ ਤਾਂ ਉਹਨੂੰ ਆ ਹੀ ਗਈ ਹੋਏਗੀ ਇੱਧਰ ਅਕਲ ਨਾਲ ਹੀ ਐਸ਼ ਕਰਦੇ ਨੇ ਲੋਕ ਕਿਸੇ ਦੇ ਹਲ ਹਲ ਨਹੀਂ ਚੱਲਦੇ ਇੱਧਰ ਜੇ ਤੈਨੂੰ ਆ ਗਈ ਤੂੰ ਵੀ ਸਾਡੇ ਵਾਂਗੂ ਐਸ਼ ਕਰੇਂਗਾ ਬਿਨਾਂ ਤਣਕਾ ਤੋੜਨ ਦੇ ਬਸ ਜੀ ਨੂੰ ਕੋਈ ਜੰਜਾਲ ਨਹੀਂ ਰੱਖਣਾ ਸਮਝੋ ਤੇਰਾ ਨਵਾਂ ਜਨਮ ਹੋਇਆ ਹੋਰ ਤੂੰ ਕੁਛ ਨਹੀਂ ਜਾਣਦਾ ਬੱਸ ਕਿਸ਼ਨ ਦਾ ਹੱਥ ਫੜ ਕੇ ਸੜਕ ਪਾਰ ਕਰਵਾਉਂਦਾ ਨਾਲ ਨਾਲ ਸੜਕ ਪਾਰ ਕਰਨ ਦੀ ਅਕਲ ਵੀ ਦਿੰਦਾ ਜਾਂਦਾ ਹਾਸਲਾ ਕਰਕੇ ਕਿਸ਼ਨ ਪੁੱਛਦਾ ਪਰ ਭਈਆ ਬਿਗਰ ਕੰਮ ਆ ਕਮ ਕਾਇ ਦੇ ਖਾਵਾਂਗੇ ਕਿੱਥੋਂ ਤੇ ਬਿਗਰ ਫੂਫੇ ਦੇ ਭਾਈ ਦੇ ਰਹਾਂਗੇ ਕਿੱਥੇ ਗੋਪਾਲ ਚੁਟਕੀ ਮਾਰ ਕੇ ਕਹਿੰਦਾ ਅਰੇ ਭਾਈ ਅਸੀਂ ਵੀ ਖਾਂਦੇ ਆ ਰਹਿੰਦੇ ਆ ਫਿਲਮਾਂ ਤੇ ਸਰਕਸ ਵੇਖਦੇ ਆ ਤਾਸ਼ ਤੇ ਗਿੱਲੀ ਡੰਡਾ ਖੇਡਦੇ ਆ ਖੂਬ ਸੌਣੇ ਆ ਪੂਰੀ ਐਸ਼ ਕਰਦੇ ਆ ਮਰਜ਼ੀ ਦੇ ਮਾਲਕਾਂ ਗੁਲਾਮ ਨਹੀਂ ਕਿਸ਼ਨ ਉਹਦੇ ਵੱਲੇ ਓਹ ਵੇਖਦਾ ਜਿਵੇਂ ਉਹਨੂੰ ਆਪਣਾ ਆਪਣੇ ਸਵਾਲ ਦਾ ਪੂਰਾ ਜਵਾਬ ਨਾ ਮਿਲਿਆ ਹੋਵੇ ਤੂੰ ਆਪਣੇ ਆਪ ਕੋਈ ਸ਼ਹਿਜ਼ਾਦਾ ਸਮਝਦੇ ਹੋ ਜਾਂ ਕੋਈ ਕੰਗਲਾ? ਗੋਪਾਲ ਪੁੱਛਦਾ। ਕੰਗਲੇ ਗਰੀਬ ਤੋਂ ਹੈ ਹਮ ਲੋਗ। ਤੇਰੇ ਕੋਈ ਕੰਗਲਾ ਬੋਲੇ ਤੇਰੀ ਹੱਤਕ ਹੋ ਜਾਏਗੀ। ਨਹੀਂ ਭయ్యా, ਕੰਗਲਾ ਕਹਨੇ ਸੇ ਤੇਰੀ ਟਾਂਗ ਤੋਂ ਨਹੀਂ ਟੁੱਟ ਜਾਏਗੀ। ਨਹੀਂ ਭయ్యా ਨਹੀਂ। ਤਾਂ ਇਹ ਹੋਈ ਨਾ ਅਕਲ ਦੀ ਬਾਤ। ਗੋਪਾਲ ਚੁਟਕੀ ਮਾਰਦਾ। ਜਿਵੇਂ ਕੋਈ ਰਾਜ਼ ਦੱਸਦਾ ਹੋਵੇ ਗੋਪਾਲ ਉਹਦੇ ਨੇੜੇ ਹੋ ਕੇ ਕਹਿੰਦਾ, ਉਧਰ ਮੋਤੀ ਦੇ ਸਾਹਮਣੇ ਪਟੜੀ ਉੱਤੇ ਦੋ ਰੋਟੀ ਦਾ ਧੰਦਾ ਕਰਨ ਵਾਲੇ ਬੈਠ ਨੇ। ਰੋਟੀ ਤੇ ਦਾਲ ਪਾਜੀ ਉਹ ਘਰੋਂ ਬਣਾ ਕੇ ਲਿਆਉਂਦੇ ਨੇ ਉੱਥੇ ਬੈਠ ਕੇ ਵੇਚਦੇ ਨੇ ਉਹੀ ਆਪਣਾ ਅੱਡਾ ਉਧਰ ਸੇਠ ਲੋਕ ਪੂਰਨ ਖਾਤਰ ਕੰਗਲਿਆਂ ਨੂੰ ਰੋਟੀ ਖਵਾਉਣ ਆਉਂਦੇ ਨੇ ਲਓ ਪੈਸੇ 10 ਕੰਗਲਿਆਂ ਨੂੰ ਰੋਟੀ ਖਵਾਓ ਕੋਈ ਵੀ ਬੋਲੇਗਾ ਸਵੇਰ ਤੋਂ ਸ਼ਾਮ ਤੱਕ ਚੱਲਦਾ ਰਹਿੰਦਾ ਆਪਾਂ ਦੋ ਟਾਈਮ ਉਧਰ ਹੀ ਖਾਣੇ ਆ ਸਿਰਫ ਕੰਗਲਾ ਖਵਾਉਣ ਨਾਲ ਹੋ ਗਿਆ ਨਾ ਖਾਣੇ ਦਾ ਇੰਤਜ਼ਾਮ ਆਪਣੇ ਕੱਪੜਿਆਂ ਵੱਲ ਇਸ਼ਾਰਾ ਕਰਕੇ ਕਹਿੰਦਾ ਇਸ ਕਿਸਮ ਦੇ ਮੈਲੇ ਕੱਪੜੇ ਪਾਉਣੇ ਪੈਣਗੇ ਇਹ ਸਾਡੀ ਕੰਗਲਿਆਂ ਦੀ ਵਰਦੀ ਹੈ ਦੂਰ ਤੋਂ ਇੱਕ ਦੂਜੇ ਨੂੰ ਪਛਾਣ ਲੈਣੇ ਆ ਰੋਟੀ ਵਾਸਤੇ ਕਤਾਰ ਲੱਗਦੀ ਹੈ ਉਦੋਂ ਆਪਣੇ ਬੰਦੇ ਦਾ ਪਤਾ ਲੱਗ ਜਾਂਦਾ ਹੈ ਹੋਰ ਵੀ ਕਈ ਲਾਭ ਨੇ ਕੰਗਲੇ ਸਮਝ ਕੇ ਪੁਲਿਸ ਵਾਲੇ ਤੰਗ ਨਹੀਂ ਕਰਦੇ ਕਿਤੇ ਕਿਤੇ ਫਿਰਦੇ ਰਹੇ ਮੈਲੇ ਕੁਚਲੇ ਕੱਪੜੇ ਵੇਖ ਕੇ ਕੋਈ ਮੁਸਟੰਡਾ ਬੁਰੀ ਨਜ਼ਰ ਨਾਲ ਨਹੀਂ ਵੇਖਦਾ ਇਧਰ ਮੁਸਟੰਡੇ ਬਹੁਤ ਘੁੰਦੇ ਰਹਿੰਦੇ ਨੇ ਬਾਕੀ ਖਰਚਾ ਉਹਦੇ ਵਾਸਤੇ ਹੀ ਅਕਲ ਦੀ ਲੋੜ ਪੈਂਦੀ ਹੈ ਇਧਰ ਪੈਸਾ ਬਹੁਤ ਹੈ ਕੋਈ ਚੀਜ਼ ਕਿਤੇ ਹੁੰਦੀ ਹੋਵੇ ਥੋੜੀ-ਬਹੁਤ ਸਭ ਦੇ ਹੱਥ ਲੱਗ ਜਾਂਦੀ ਹੈ ਜਿੰਨੀ ਅਕਲ ਲੜਾਓ ਉਹਨਾ ਪੈਸਾ ਬਣਾਓ ਖਾਓ ਪੀਓ ਉਡਾਓ ਐਸ਼ ਨਾ ਕੋਈ ਛੁੱਧਰ ਨਾ ਕੋਈ ਵੈਸ਼ ਸਭ ਬਰਾਬਰ ਹੈ ਇੱਧਰ ਬੜੇ ਬੜੇ ਅਕਲਮੰਦ ਬੈਠੇ ਨੇ ਇੱਧਰ ਵੇਖਦਾ ਸੁਣਦਾ ਬੰਦਾ ਸਿਆਣਾ ਹੋ ਜਾਂਦਾ ਆ ਸਾਹਮਣੇ ਵਾਲੀ ਥਾਂ ਵੇਖ ਇੱਕ ਚਰਸੀ ਸਾਧੂ ਨੇ ਕੇਲ ਰੱਖੀ ਹੈ ਹੁਣ ਇਹ ਚੰਗਾ ਖਾਂਦਾ ਤੇ ਮਾੜਾ ਬੋਲਦਾ ਬੜੇ ਬੜੇ ਸੇਠ ਪਕਵਾਨ ਲੈ ਕੇ ਆਉਂਦੇ ਨੇ ਜੇ ਕੋਈ ਮਿਠਾਈ ਨਾ ਲੈ ਕੇ ਆਵੇ ਤਾਂ ਗਾਲਾਂ ਦੇਗਾ ਸੇਠ ਅੰਮਾ ਮਰ ਗਈ ਕਿਆ ਲੱਡੂ ਨਹੀਂ ਲੈ ਕੇ ਆਇਏ ਲੋਕ ਫੇਰ ਵੀ ਪਕਵਾਨ ਲੈ ਕੇ ਆਉਂਦੇ ਨੇ ਕਿਉਂ ਇਦੇ ਕੋਲ ਤਾਂ ਕਰੋੜਾਂ ਰੁਪਏ ਦੀ ਥਾਂ ਐ ਐਸੇ ਟਿਕਾਣੇ ਦੀ ਥਾਂ ਜੋ ਕਿਰਾਏ ਤੇ ਦੇਣੀ ਹੋਵੇ ਲੱਖਾਂ ਰੁਪਏ ਮਹੀਨਾ ਮਿਲ ਸਕਦਾ ਸਾਧ ਕੋਲ ਆਪਣਾ ਸ਼ਾਨਦਾਰ ਡੇਰਾ ਐ ਇਸ ਵਾਸਤੇ ਇੱਥੇ ਵੱਡੇ ਬਹੁਤ ਪੈਸੇ ਵਾਲੇ ਲੋਕ ਆਉਂਦੇ ਨੇ ਕਿਸੇ ਭਲੇ ਸਮੇਂ ਦੀ ਅਕਲ ਚੱਲ ਗਈ ਕਿਸੇ ਦੀ ਵੀ ਚੱਲ ਸਕਦੀ ਐ ਕੋਈ ਕਿਸੇ ਦੀ ਅਕਲ ਦਾ ਸ਼ਰੀਕ ਨਹੀਂ ਕੋਈ ਹੋਰ ਚੇਲੇ ਚਪੜਿਆਂ ਨੂੰ ਵੀ ਐਸ਼ ਕਰਵਾ ਰਿਹਾ ਚੰਗਾ ਖਾਂਦਾ ਮਾੜਾ ਬੋਲਦਾ ਆਪਣੀ ਹਾਲੇ ਉਮਰ ਨਹੀਂ ਥੋੜੀ ਦਾੜੀ ਮੁੱਛ ਆ ਜਾਏ ਫਿਰ ਆਪਾਂ ਵੀ ਕੋਈ ਨਾ ਕੋਈ ਅਕਲ ਲੜਾ ਲਵਾਂਗੇ ਫਿਰ ਕਿਉਂ ਜੀ ਨੂੰ ਜੰਜਾਲ ਲਾਉਣੇ ਹੋਏ ਫੂਫੀ ਦੇ ਭਾਈ ਤੋਂ ਆਪਾਂ ਕੀ ਲੈਣਾ ਹੋਇਆ ਕਿਸੇ ਤੋਂ ਵੀ ਕੀ ਲੈਣਾ ਹੋਇਆ ਸਾਲੀ ਇੱਕ ਵਾਰੀ ਮਨੁੱਖਾ ਦੇ ਹੀ ਮਿਲਦੀ ਐ ਫਿਰ ਕਿਸ ਵਾਸਤੇ ਜੰਜਾਲ ਪਾਲਣੇ ਹੋਏ ਠੀਕ ਐ ਨਾ ਮੈਂ 4 ਦਿਨ ਮੇਰੇ ਨਾਲ ਰਹੇਗਾ ਆਪ ਕਹੇਗਾ ਗੋਪਾਲ ਭయ్యా ਠੀਕ ਕਹਿੰਦੇ ਹੋ ਤਾਂ ਤੂੰ ਆਪ ਕਹੇਗਾ ਕੀ ਲੈਣਾ ਆਪਾਂ ਫੂਫੇ ਦੇ ਭਾਈ ਤੋਂ ਕਿਸੇ ਤੋਂ ਵੀ ਕੀ ਲੈਣਾ ਭਈਆ ਜਿਸਨੇ ਮਰਨਾ ਹੈ ਤੁਸੀਂ ਉਹਨੂੰ ਬਚਾ ਨਹੀਂ ਸਕਦੇ ਤਬਦਿਕ ਨਾਲ ਨਹੀਂ ਤਾਂ ਕਿਸੇ ਹੋਰ ਰੋਗ ਨਾਲ ਮਰ ਜਾਏਗਾ ਬੇਅਕਲ ਲੋਕ ਹਾਈ ਹੁਲਾ ਕਰਦੇ ਹੁੰਦੇ ਨੇ ਆਪਾਂ ਸਿਰਫ ਐਸ਼ ਕਰਦੇ ਬਿਗਰ ਤਿੰਕਾ ਤੋੜਨ ਦੇ ਇੱਕ ਤੋਂ ਇੱਕ ਵੱਧ ਕੇ ਅਕਲਾਂ ਵਾਲੇ ਲੋਕ ਮਿਲ ਜਾਂਦੇ ਨੇ ਇੱਧਰ ਤੈਨੂੰ ਆਪ ਹੀ ਸਮਝ ਆ ਜਾਏਗੀ ਵੇਖ-ਵੇਖ ਕੇ ਚਾਰ ਦਿਨ ਧਿਆਨ ਨਾਲ ਵੇਖ ਤੋ ਔਈ ਖੋਰ ਸਾਧੂ ਵੇਖ ਗਿੱਠਾ ਜਿਆ ਸਿਰ ਗੰਜਾ ਕਾਲਾ ਮੂੰਹ ਦਾੜੀ ਮੁੱਛਾਂ ਚ ਲੁਕਿਆ ਹੋਇਆ ਇੱਕ ਸਟੋਰੀ ਨਾਲ ਹੀ ਐਸ਼ ਕਰੀ ਜਾਂਦਾ ਹੈ ਸਟੋਰੀ ਨਹੀਂ ਸਮਝੇ ਕਹਾਣੀ ਯਾਰ ਇੱਧਰ ਰਹਿਣਾ ਤੇ ਅਕਲ ਨਾਲ ਰਹਿਣਾ ਤਾਂ ਅੰਗਰੇਜ਼ੀ ਸਿੱਖਣੀ ਪਏਗੀ ਅੰਗਰੇਜ਼ੀ ਬਿਨਾਂ ਅਕਲ ਨਹੀਂ ਕਿਸੇ ਜੰਗਲੀ ਜਾਨਵਰ ਦੀ ਕਹਾਣੀ ਸੁਣਾਏਗਾ ਉਹਦਾ ਨਾਂ ਬਿਰੀ ਦੱਸਦਾ ਹੈ ਬਿੱਲੀ ਜਿੱਡਾ ਜਾਨਵਰ ਪਤਾ ਨਹੀਂ ਕਿਤੇ ਹੈ ਜਾਂ ਨਹੀਂ ਲੰਮੀ ਪੂਛ ਨੂੰ ਆਪਣੇ ਪਿਸ਼ਾਬ ਨਾਲ ਭਿਉ ਕੇ ਛਿੱਟਾ ਦੇ ਦਿੰਦਾ ਜਿੱਥੇ ਛਿੱਟਾ ਪੈ ਜਾਏ ਉਹੀ ਭਸਮ ਜੰਗਲ ਦੇ ਸਭ ਜਾਨਵਰ ਸ਼ੇਰ ਹਾਥੀ ਸਭ ਇਹ ਤੋਂ ਡਰਦੇ ਨੇ ਇਹ ਕਹੇਗਾ ਹਮਨੇ ਮੰਤਰ ਮਾਰ ਕੇ ਬਿਰੀ ਦਾ ਪਿਸ਼ਾਬ ਰੋਕ ਦਿੱਤਾ ਗੋਦ ਚ ਚੁੱਕ ਲਿਆ ਫਿਰ ਸ਼ੇਰ ਦੀ ਸਵਾਰੀ ਕੀਤੀ ਦੇਵੀ ਮਾਤਾ ਵਾਂਗੂ ਹਾਥੀ ਉੱਤੇ ਚੜ ਕੇ ਸਾਰਾ ਜੰਗਲ ਘੁੰਮਿਆ ਆਪਣੀ ਉਮਰ 200 ਸਾਲ ਦੱਸਦਾ ਹੈ ਹਿਮਾਲਾ ਪਰਬਤ ਉਤੇ 5 5000 ਸਾਲ ਪੁਰਾਣੇ ਸਾਧੂ ਇਹ ਨਹੀਂ ਵੇਖੇ ਨੇ ਇਹਦੇ ਕੋਲ ਇੱਕ ਬੂਟੀ ਹੈ ਜੋ 20 ਸਾਲ ਦੇ ਬੰਦੇ ਨੂੰ ਖਵਾ ਦਿਓ ਤਾਂ 100 ਸਾਲ ਜਵਾਨ ਰਹੇਗਾ ਪਰ ਦੇਵੇਗਾ ਕਿਸੇ ਯੋਗ ਆਦਮੀ ਨੂੰ ਜੋ ਸੇਵਾ ਕਰੇਗਾ ਸ਼ਰਧਾ ਰੱਖੇਗਾ ਸਭ ਜਾਣਦੇ ਨੇ ਚਰਸ ਵੇਚਦਾ ਹੈ ਲੌਂਡੇ ਰੱਖਦਾ ਫਿਰ ਵੀ ਮੁੰਡੇ ਸੇਵਾ ਕਰਦੇ ਨੇ ਮਾਲਕ ਆਉਂਦੇ ਨੇ ਰੋਜ਼ ਕਹਾਣੀ ਸੁਣਦੇ ਨੇ ਕਿਉਂ ਕਹਾਣੀ ਸੁਣਾਉਂਦਾ ਕਿਸੇ ਵੀ ਫਿਲਮ ਨੂੰ maat ਕਰ ਦਿੰਦਾ ਵੇਖ ਲਓ ਇੱਕ ਇਸਟੋਰੀ ਦੇ ਸਿਰ ਤੇ ਐਸ਼ ਉਡਾ ਰਿਆ ਹੈ ਹੈ ਕੋਈ ਕਿਸੇ ਦੀ ਅਕਲ ਦਾ ਸ਼ਰੀਕ ਬਹੁਤ ਵਧੀਆ ਸੁਣਾਉਂਦਾ ਹੈ ਕਹਾਣੀ ਇੱਕ ਵਾਰ ਕੋਈ ਬੈਠ ਜਾਏ ਪੂਰੀ ਸੁਣ ਕੇ ਉੱਠਦਾ ਤੂੰ ਰੋਟੀ ਖਾਧੀ ਹੈ ਚੱਲ ਪਹਿਲਾਂ ਤੈਨੂੰ ਰੋਟੀ ਖਵਾਵਾਂ ਅੱਜ ਪੈਸੇ ਖਰਚ ਕਰਨੇ ਪੈਣਗੇ ਦੇਰ ਹੋ ਗਈ ਨਾ ਪੈਸਿਆਂ ਦੀ ਚਿੰਤਾ ਨਾ ਕਰ ਮੇਰੇ ਪਾਸ ਹੈਗੇ ਹਰ ਸਮੇਂ ਪੈਸੇ ਬੋਝੇ ਚ ਰਹਿੰਦੇ ਨੇ ਆਪਾਂ ਕੋਈ ਵੇਹ ਵਹਿਕਲ ਨਹੀਂ ਫਿਰਦੇ ਯਾ ਦਿੱਲੀ ਵਿੱਚ ਵੀ ਮੂਰਖ ਰਹਿਣਾ ਹੋਵੇ ਤਾਂ ਆਉਣ ਦੀ ਕੀ ਲੋੜ ਪਤਾ ਹੈ ਅੱਜ ਜਿਹੜੀ ਫਿਲਮ ਵੇਖ ਕੇ ਆਇਆ ਮਾਂ ਉਹ ਪਹਿਲਾਂ 6 ਵਾਰ ਵੇਖੀ ਸੀ 6 ਵਾਰ 200 ਰੁਪਏ ਖਰਚ ਕਰ ਚੁੱਕਿਆ ਸਾਰੇ ਡਾਇਲੌਗ ਜ਼ਬਾਨੀ ਯਾਦ ਹੋ ਗਏ ਡਾਇਲੌਗ ਨਹੀਂ ਸਮਝਦਾ ਫਿਲਮ ਤੋਂ ਬਾਹਰ ਲੋਕ ਗੱਲਬਾਤ ਕਰਦੇ ਨੇ ਫਿਲਮ ਦੇ ਅੰਦਰ ਡਾਇਲੌਗ ਬੋਲਦੇ ਨੇ ਅੰਗਰੇਜ਼ੀ ਤੋਂ ਬਿਨਾਂ ਗੁਜ਼ਾਰਾ ਨਹੀਂ ਇੱਧਰ ਕੋਈ ਨਹੀਂ ਮੈਂ ਜੋ ਫਿਲਮ ਵਾਸਤੇ ਇੱਕ ਮੈਡਮ ਨੂੰ ਕਾਬੂ ਕੀਤਾ ਇਧਰ ਸਾਫ ਸੁਥਰੀ ਨਾਤੀ ਥੋਤੀ ਲੁਗਾਈ ਨੂੰ ਮੈਡਮ ਆਖਦੇ ਹੋ ਬਸ ਫੁੱਲ ਫੁੱਲ ਹੀ ਜਾਂਦੀ ਹੈ ਆਪਣੇ ਆਪ ਨੂੰ ਮੇਮ ਸਮਝਣ ਲੱਗਦੀ ਹੈ ਇਧਰ ਲੋਕਾਂ ਨੂੰ ਅੰਗਰੇਜ਼ ਬਣਨ ਦਾ ਬਹੁਤ ਸ਼ੌਕ ਹੈ ਕਿਸੇ ਲੱਲੂ ਤੇ ਫੁਟੀਚੇ ਆਦਮੀ ਨੂੰ ਅੰਕਲ ਕਹਦੇ ਹੋ ਫੁੱਲ ਕੇ ਕੁੱਪਾ ਹੋ ਜਾਏਗਾ ਸ਼ਾਮ ਦਾ ਟਾਈਮ ਸੀ ਮੈਂ ਵੇਖਿਆ ਇੱਕ ਬਾਹੂ ਕਾਰ ਖੜੀ ਕਰ ਰਿਹਾ ਨਾਲ ਇੱਕ ਮੈਡਮ ਖੂਬ ਸਜੀ ਹੋਈ ਉੱਚੀ ਅੱਡੀ ਉੱਤੇ ਛੱਤੇ ਤੰਗ ਪਤਲੂਨ ਸੁਰਖੀ ਪਾਊਡਰ ਤਾਂ ਇਧਰ ਸਭ ਲਾਉਂਦੀਆਂ ਨੇ ਵੱਡੇ ਘਰ ਦੀ ਹੋਵੇ ਜਾਂ ਛੋਟੇ ਦੀ ਦੋਵੇਂ ਲਾਲ ਕਿਲੇ ਦੇ ਸਾਹਮਣੇ ਮੈਦਾਨ 'ਚ ਟੈਲਣ ਲੱਗਦੇ ਨੇ ਇੱਕ ਦੂਜੇ ਦਾ ਹੱਥ ਫੜ ਕੇ ਮੋਢੇ ਨਾਲ ਮੋਢਾ ਜੋੜ ਕੇ ਹੱਸ ਰਹੇ ਨੇ ਮੈਂ ਝੱਟ ਸਮਝ ਗਿਆ ਇਹ ਸਾਲੇ ਇੱਧਰ ਆਸ਼ਕੀ ਕਰਨ ਆਏ ਨੇ ਨਵੀਂ ਦਿੱਲੀ ਦੇ ਲੱਗਦੇ ਸੀ ਮੈਂ ਜਾਣਦਾ ਆਸ਼ਕੀ ਕਰਦੇ ਬੰਦੇ ਕੋਲ ਕੋਈ ਚਲਾ ਜਾਵੇ ਉਹਨੂੰ ਬੁਲਾ ਲਵੇ ਬਹੁਤ ਔਖਾ ਹੁੰਦਾ ਹੈ ਜਿਵੇਂ ਕੁੱਤਾ ਕੱਟਣ ਨੂੰ ਆਉਂਦਾ ਮੈਂ ਕਿਹਾ ਸਾਲੇ ਸਾਡੇ ਇਲਾਕੇ 'ਚ ਆ ਗਿਆ ਤਾਂ ਕੁਛ ਨਾ ਕੁਛ ਦੇਖ ਕੇ ਜ਼ਰੂਰ ਜਾਏਗਾ ਨੇੜੇ ਹੋ ਕੇ ਮੈਂ ਮੋਨੂੰ ਹੱਥ ਲਾ ਕੇ ਕਿਹਾ ਬਾਊ ਜੀ ਬਾਊ ਨੇ ਗਾਲ ਕੱਢਤੀ ਮੈਂ ਕਿਆ ਦੇ ਲਾ ਬੇਟਾ ਇੱਥੇ ਕਿਹੜਾ ਆਪਾਂ ਨੂੰ ਕੋਈ ਜਾਣਦਾ ਬਈ ਬੇਇਜ਼ਤੀ ਹੋ ਜਾਣੀ ਐ ਗਾਲਾਂ ਦਿੰਦਾ ਕੁਛ ਹੋਰ ਵੀ ਦੇ ਕੇ ਹੀ ਜਾਏਗਾ ਮੇਰਾ ਤਾਂ ਪਰੇ ਖਿਸਕ ਗਿਆ ਉਹ ਚੱਕਰ ਲਾ ਕੇ ਆ ਗਏ ਨੇੜੇ ਹੋ ਕੇ ਮੈਂ ਕਿਆ ਮੈਡਮ ਜੋੜੀ ਬਣੀ ਰਹੀ ਬਾਉ ਨੇ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਵੇਖਿਆ ਉਹ ਬੋਲੀ ਦਿਓ ਨਾ ਵਿਚਾਰੇ ਨੂੰ ਬੱਚਾ ਤਾਂ ਖਾ ਕੇ ਬਾਉ ਨੇ ਜੇਬ ਜੋ ਹੱਥ ਪਾਇਆ ਪੰਜਾਂ ਦਾ ਨੋਟ ਹੱਥ ਆ ਗਿਆ ਲੈ ਮਰ ਪਿੱਛਾ ਛੱਡ ਸਾਲੇ ਕੰਗਲੇ 2 ਮਿੰਟ ਗੱਲ ਨਹੀਂ ਕਰਨ ਦਿੰਦੇ ਆਪਾਂ ਸਿੱਧੇ ਅੱਡੇ ਤੇ ਗਏ ਰੋਟੀ ਵਾਸਤੇ ਕਤਾਰ ਲੱਗ ਰਹੀ ਸੀ 61 68 ਰੋਟੀ ਵਾਲੇ ਨੂੰ ਆਖ ਰਹੇ ਸੀ ਲਓ ਪੈਸੇ ਸਭ ਨੂੰ ਖਾਣਾ ਖਵਾਓ ਛਕ ਕੇ ਮਜ਼ੇ ਨਾਲ ਖਾਣਾ ਖਾਦਾ ਪਾਉਣੇ 2 ਰੁਪਏ ਦੀ ਟਿਕਟ ਖਰੀਦੀ 12 ਅੰਨੇ ਦੀ ਚਾਹ ਪੀਤੀ ਬਾਕੀ ਜੇਬ ਚ ਪਏ ਨੇ ਐਦਾਂ ਕ ਲੜਾਈ ਦੀ ਆ ਭਈਆ ਸਿਰਫ 10 ਦਿਨ ਸਾਡੇ ਨਾਲ ਰਹ ਗਿਆ ਤੂੰ ਦਿੱਲੀ ਦਾ ਬਾਦਸ਼ਾ ਹਾਂ ਹਾਂ ਬਾਦਸ਼ਾ ਬਾਦਸ਼ਾ ਕੌਣ ਹੁੰਦਾ ਬਿਗਰ ਕਮਾਈ ਦੇ ਜੋ ਮਜ਼ੇ ਲਵੇ ਤੇ ਉਹਦਾ ਹੁਕਮ ਚੱਲੇ ਆਪਣਾ ਵੀ ਹੁਕਮ ਚੱਲਦਾ ਹੈ ਹਾਂ ਭਈਆ ਆਪਣਾ ਹੁਕਮ ਚੱਲਦਾ ਹੈ ਸੁਣ ਕੇ ਮੈਂ ਚੱਲਦਾ ਹੈ ਅੱਡੇ ਉੱਤੇ ਜਿੱਥੇ ਦੋ ਟਾਈਮ ਰੋਟੀ ਖਾਣੇ ਆ ਉੱਥੇ ਚੱਲਦਾ ਹੈ ਹੁਕਮ ਜੋ ਅਸੀਂ ਹੁਕਮ ਦਿੰਨੇ ਆ ਢਾਬੇ ਵਾਲਾ ਅਗਲੇ ਦਿਨ ਉਹੀ ਬਣਾ ਕੇ ਲਿਆਉਂਦੇ ਨੇ ਦੋਵਾਂ ਨੂੰ ਵੱਖ-ਵੱਖ ਆਰਡਰ ਦਿੰਨੇ ਆ ਆਰਡਰ ਹੁਕਮ ਯਾਰ ਕੀ ਹੋਇਆ ਢਾਬੇ ਵਾਲੇ ਦਾਲ ਪਾਜੀ ਵਿੱਚ ਮਿਰਚਾਂ ਬਹੁਤ ਪਾਣ ਲੱਗ ਪਏ ਤਾਂ ਜੋ ਕੋਈ ਦੁਬਾਰਾ ਨਾ ਮੰਗੇ ਅਸੀਂ ਇੱਕ ਦਿਨ ਭੁੱਖ ਹੜਤਾਲ ਕਰਤੀ ਦਾਨੀ सेठ ਆਏ ਪਰ ਅਸੀਂ ਕਤਾਰ 'ਚ ਨਹੀਂ ਬੈਠੇ ਢਾਬੇ ਵਾਲੇ ਤਰਲੇ ਕਰਨ ਲੱਗੇ ਅਸੀਂ ਹੋਰ ਵੀ ਆਕੜ ਗਏ सेठ ਲੋਕ ਪੁੱਛਦਾ "ਕਿਆ ਬਾਤ ਹੈ?" ਮੈਂ ਕਿਹਾ "ਸੇਠ ਜੀ, ਜੇ ਖਾਣ ਵਾਲੇ ਦੀ ਆਤਮਾ ਪ੍ਰਸੰਨ ਨਾ ਹੋਵੇ ਤਾਂ ਪੁੰਨ ਲੱਗਦਾ।" सेठ ਬੋਲਿਆ "ਨਹੀਂ ਲੱਗਦਾ।" ਮੈਂ ਕਿਹਾ "ਇਹ ਖਾਣਾ ਖਾ ਕੇ ਕਿਸੇ ਦੀ ਆਤਮਾ ਪ੍ਰਸੰਨ ਨਹੀਂ ਹੋਏਗੀ। ਮਿਰਚਾਂ 'ਚ ਬੋਤ ਪਾ ਰੱਖੀਆਂ, ਆਟੇ 'ਚ ਮਿੱਟੀ ਤੇ ਚੌਲਾਂ 'ਚ ਕੰਕਰ ਐ।" ਢਾਬੇ ਵਾਲੇ ਹੱਥ ਜੋੜ ਕੇ ਖੜੇ ਹੋ ਗਏ, "ਕੱਲ ਤੋਂ ਜੈਸਾ ਕਹੋਗੇ ਵੈਸੇ ਹੀ ਬਣੇਗਾ। ਸਾਲੇ ਸਿੱਧੇ ਹੋ ਗਏ।" ਸਾਡੇ ਸਿਰ ਤੇ ਦੁਕਾਨਦਾਰੀ ਕਰਦੇ ਹੋ ਤਾਂ ਸਾਡੇ ਨਾਲ ਹੀ ਹੁਸ਼ਿਆਰੀ ਸਾਰੇ ਸਿੱਧੇ ਹੋ ਗਏ ਇੱਕ ਨੂੰ ਕਹੀਦਾ ਲਾਲਾ ਕੱਲ ਆਲੂ ਮਟਰ ਬਣਾ ਕੇ ਲਿਆਈ ਦੂਜੇ ਨੂੰ ਬੈਂਗਣ ਦਾ ਭੁਰਥਾ ਬੋਲ ਦਿੰਨੇ ਆ ਹੁਣ ਤੂੰ ਦੱਸ ਫੂਫੇ ਦੇ ਭਾਈ ਦੀ ਘਰ ਵਾਲੀ ਤੇਰੇ ਕਹੇ ਤੋਂ ਆਲੂ ਮਟਰ ਬਣਾ ਕੇ ਖਵਾਇਆ ਕਰੇਗੀ ਤੈਨੂੰ ਨਹੀਂ ਕਦੀ ਵੀ ਨਹੀਂ ਹੋਏ ਨਾ ਫਿਰ ਬਾਦਸ਼ਾ ਸਾਡੀ ਕੋਈ ਚਿੰਤਾ ਨਹੀਂ ਕੋਈ ਕੰਮ ਨਹੀਂ ਕਰਨਾ ਖਾਓ ਪੀਓ ਰਹਿ ਸੁਡਾ ਦੁਨੀਆ ਕੋ ਤੁਮ ਠੇਂਗਾ ਦਿਖਾਓ ਉਹ ਟਾਊਨ ਹਾਲ ਦੇ ਸਾਹਮਣੇ ਪੁੱਜ ਜਾਂਦੇ ਆ ਫੁੱਟਪਾਥ ਉੱਤੇ ਝੱਲੀ ਵਾਲੇ ਪਟੜੀ ਮਾਰ ਕਾ ਢਾਬਿਆਂ ਤੇ ਰੋਟੀ ਖਾ ਰਹੇ ਹਨ ਪੰਜ ਛੇ ਬੰਦਿਆਂ 'ਚ ਇੱਕ ਥਾਂ ਚਿਲਮ ਘੁੰਮ ਰਿਹਾ ਇੱਕ ਥਾਂ 8-10 ਲੋਕ ਢੋਲਕੀ ਵਜਾ ਕੇ ਦੇਵਰ ਭਾਬੀ ਦਾ ਗੀਤ गा ਰਹੇ ਆ ਗੋਪਾਲ ਪੈਂਟ ਦੀ ਅਗਲੀ ਜੇਬ 'ਚੋਂ ਯਤਨ ਕਰਕੇ ਪੈਸੇ ਕੱਢਦਾ ਹੈ ਕਿਸ਼ਨ ਭయ్యా ਮੇਰੀ ਗੱਲ ਸੁਣ ਲਓ ਅੱਜ ਜੋ ਪੈਸੇ ਮੈਂ ਖਰਚ ਕਰਾਂਗਾ ਉਹ ਉਧਾਰ ਹੋਣਗੇ ਜਦ ਤੇਰੇ ਕੋਲ ਆਏ ਦੇ ਦੇਣੀ ਪਰ ਦੇ ਜ਼ਰੂਰ ਦੇਣੇ ਆਪਸਦਾਰੀ ਤਾਈ ਤਾਈ ਚਲਦੀ ਹੈ ਜੇ ਉਧਾਰ ਲੈ ਕੇ ਮੋੜਦੇ ਰਹੀਏ ਸਮਝ ਗਏ ਮੈਂ ਨਹੀਂ ਕਹਿੰਦਾ ਕਿ ਸਵੇਰੇ ਉੱਠਦੀ ਇਹ ਦੇ ਦੀ ਮੈਂ ਜਾਣਦਾ ਕੱਲ ਨੂੰ ਤੇਰੇ ਕੋਲ ਨਹੀਂ ਹੋਣੇ ਪਰ ਆਾ ਜ਼ਰੂਰ ਜਾਣਗੇ ਜੋ ਉਹ ਤੂੰ ਅਕਲ ਤੋਂ ਕੰਮ ਲੈਣ ਲੱਗ ਪਿਆ ਤਾਂ ਪੈਸਾ ਤਾਂ ਸਾਲਾ ਇੱਧਰ ਇਤਨਾ ਹੈ ਬਟੋਰਨ ਵਾਸਤੇ ਅਕਲ ਚਾਹੀਦੀ ਹੈ ਬਸ ਕਿਸ਼ਨ ਉਹਦੇ ਵੱਲ یوں ਵੇਖਦਾ ਹੈ ਜਿਵੇਂ ਉਹਦੇ ਉਹਨੂੰ ਉਹਦੀਆਂ ਸਭ ਗੱਲਾਂ ਮਨਜ਼ੂਰ ਹੋਣ ਗੋਪਾਲ ਢਾਬੇ ਵਾਲੇ ਨੂੰ ਰੁਪਏ ਦਾ ਸਿੱਕਾ ਦੇ ਕੇ ਆਕੜ ਕੇ ਖੜਾ ਹੋ ਜਾਂਦਾ ਹੈ ਟਾਬੇ ਵਾਲਾ ਲੋਹੇ ਦੀ ਇੱਕ ਪਲੇਟ 'ਚ ਦੋ ਰੋਟੀਆਂ ਰੱਖ ਕੇ ਉੱਤੇ ਇੱਕ ਮੁੱਠ ਚੌਲਾਂ ਦੀ ਪਾ ਦਿੰਦਾ ਸਭ ਕੁਝ ਤੇ ਉੱਤੇ ਦੋ ਕੜਚੀਆਂ ਘੜੀ ਦੀਆਂ ਪਾ ਕੇ ਅੰਬ ਦੀ ਇੱਕ फाਂਕ ਪਿਆਜ਼ ਦੇ ਦੋ ਟੁਕੜੇ ਰੱਖ ਦਿੰਦਾ ਫਿਰ ਅੱਧੀ ਕੜਚੀ ਲਾਲ ਲਾਲ ਤਰੀ ਦੀ ਉੱਤੇ ਖਿਲਾਰ ਕੇ ਗੋਪਾਲ ਨੂੰ ਫੜਾ ਦਿੰਦਾ ਕਿਸ਼ਨ ਭਈਆ ਅੱਜ ਇੰਨੇ 'ਚ ਹੀ guzara ਕਰਨਾ ਪਏਗਾ ਕੱਲ ਆਪਣੇ ਅੱਡੇ ਉੱਤੇ ਜਿੰਨਾ ਮਰਜ਼ੀ ਖਾ ਲੈਣਾ ਔਰ ਇੱਕ ਕੱਲ ਤਾਂ ਮੰਗਲਵਾਰ ਹੈ ਅਸੀਂ ਸਿਰਫ ਮਿਠਾਈ ਖਾਣੇ ਹ ਬੂੰਦੀ ਤੇ ਪੇੜੇ ਨੇੜੇ ਹਨੂਮਾਨ ਜੀ ਦਾ ਮੰਦਰ ਹੈ ਹਨੂਮਾਨ ਜੀ ਅੱਜਕੱਲ ਇੰਨੇ ਭਗਤਾਂ ਦੇ ਕੰਮ ਸਵਾਰ ਰਹੇ ਨੇ ਸਵੇਰ ਤੋਂ ਹੀ ਦਰਸ਼ਨ ਕਰਨ ਵਾਲਿਆਂ ਦੀਆਂ ਕਤਾਰਾਂ ਲੱਗਣ ਲੱਗਦੀਆਂ ਨੇ ਮਿੱਠਾ ਖਾ ਖਾ ਕੇ ਮਨ ਭਰ ਜਾਂਦਾ ਹੈ ਕਈ ਵਾਰ ਅਗਲੇ ਦਿਨ ਵਾਸਤੇ ਵੀ ਬਚ ਜਾਂਦਾ ਹੈ ਵੇਖਣਾ ਕੱਲ ਬੜਾ ਮਜ਼ਾ ਆਏਗਾ ਫੂਫੇ ਦੇ ਭਾਈ ਨੇ ਇੰਨੀ ਮਿਠਾਈ ਜ਼ਿੰਦਗੀ ਚ ਨਹੀਂ ਵੇਖੀ ਹੋਣੀ ਕਿਛਨ ਚੁਪਚਾਪ ਖਾਣ ਲੱਗਦਾ ਹੈ ਗੋਪਾਲ ਨੂੰ ਵਿਸ਼ਵਾਸ ਨਹੀਂ ਕਿ ਇਹਨਾਂ ਸਮਝਾਣ ਪਿੱਛੋਂ ਵੀ ਉਹ ਫੂਫੇ ਦੇ ਭਾਈ ਨੂੰ ਲੱਭਣ ਲਈ ਜਾਏਗਾ ਜਾਂ ਨਹੀਂ ਕਰਜ਼ਾ ਉਤਾਰਨ ਵਾਸਤੇ ਤਾਂ ਉਹਨੂੰ ਇੱਥੇ ਰਹਿਣਾ ਚਾਹੀਦਾ ਹੈ ਆਲੇ-ਦੁਆਲੇ ਵੇਖਦਾ ਤਾਂ ਜੋ ਕੋਈ ਹੋਰ ਅਕਲ ਦਾ ਕિસ્사 ਯਾਦ ਆ ਜਾਏ ਗਰਮ ਮਸਾਲਿਆਂ ਦੀ ਵੱਡੀ ਦੁਕਾਨ ਦਿਸਦੀ ਹੈ ਨਾਲ ਹੀ ਚਾਹ ਪੱਤੀ ਵਾਲੀ ਦੁਕਾਨ ਹੈ ਸਾਹਮਣੇ ਸੜਕ ਉੱਤੇ ਲੰਮੇ-ਲੰਮੇ ਮੇਜ਼ ਟੈਂਪੂ ਉੱਤੇ ਲੱਦੇ ਜਾ ਰਹੇ ਹਨ ਗੋਪਾਲ ਖੁਸ਼ ਹੋ ਜਾਂਦਾ ਚੱਪਾ-ਚਪਾਕਲ ਦੀਆਂ ਕਹਾਣੀਆਂ ਨਾਲ ਭਰਿਆ ਪਿਆ ਕਿਸ਼ਨ ਰੋਟੀ ਖਾ ਕੇ ਸਾਹਮਣੇ ਚੱਲਦੀ ਟੂਟੀ ਤੋਂ ਪਾਣੀ ਪੀਂਦਾ ਆਪਣੇ ਨਾਲ ਤੋਰਦਾ ਗੋਪਾਲ ਫਿਰ ਸ਼ੁਰੂ ਹੋ ਜਾਂਦਾ ਕਿਸ਼ਨ ਭయ్యా ਹਾਲੇ ਤਾਂ ਮੈਂ ਕੁਝ ਵੀ ਨਹੀਂ ਦੱਸਿਆ ਤੈਨੂੰ ਬڑے-ਬڑے ਅਕਲ ਵਾਲੇ ਲੋਕ ਪਏ ਨੇ ਇੱਧਰ ਇਹ ਦੁਕਾਨ ਵੇਖੋ ਸਿਰਫ ਇੱਕੋ ਚੀਜ਼ ਵੇਚਦੇ ਨੇ ਗਰਮ ਮਸਾਲੇ ਇਹਨਾਂ ਦਾ ਕਮਾਲ ਸੁਣੋ ਪਪੀਤੇ ਦੇ ਬੀਜ ਕਾਲੀ ਮਿਰਚ ਕਰਕੇ ਵੇਚ ਦਿੰਦੇ ਨੇ ਚਸ਼ਮਾ ਲਾ ਕੇ ਵੀ ਲੋਕ ਫਰਕ ਨਹੀਂ ਕਰ ਸਕਦੇ ਦੂਜੀ ਨਾਲ ਵਾਲੀ ਦੁਕਾਨ ਸਿਰਫ ਚਾਹ ਵੇਚਦੀ ਹੈ ਚਾਹ ਦੀ ਸੁੱਕੀ ਪੱਤੀ ਇਹ ਉਬਲੀ ਹੋਈ ਚਾਹ ਨੂੰ ਨਵੀਂ ਬਣਾ ਦਿੰਦੇ ਆ ਢਾਬਿਆਂ ਤੋਂ ਉਬਲੀ ਪੱਤੀ ਲੈ ਆਉਂਦੇ ਆ ਪਤਾ ਨਹੀਂ ਕਿਹੜਾ ਰੰਗ ਲਾਉਂਦੇ ਬਿਲਕੁਲ ਅਸਲੀ ਚਾਹ ਵਰਗੀ ਦਿਸੇਗੀ ਕੋਈ ਫਰਕ ਨਹੀਂ ਦੱਸ ਸਕਦਾ ਕਿਸੇ ਉਸਤਾਦ ਤੋਂ ਸਿੱਖ ਲਿਆ ਗੁਰ ਹੈ ਕੋਈ ਕਿਸੇ ਦੀ ਅਕਲ ਦਾ ਸ਼ਰੀਕ ਦੱਸ ਮੈਨੂੰ ਪਹਿਲਾਂ ਦੱਸੀਆਂ ਗੱਲਾਂ ਦੇ ਮੁਕਾਬਲੇ ਉੱਤੇ ਗੋਪਾਲ ਨੂੰ ਵੀ ਛੋਟੀ ਅਕਲ ਦੀਆਂ ਗੱਲਾਂ ਚ ਆਉਂਦੀਆਂ ਉਹ ਕੋਈ ਵੱਡੀ ਗੱਲ ਬਾਰੇ ਸੋਚਦਾ ਹੌਲੀ ਹੌਲੀ ਕਿਚਨ ਦੇ ਨਾਲ ਤੁਰ ਰਿਹਾ ਆ ਵੱਡੇ ਵੱਡੇ ਫੱਟੇ ਵੇਖਦੇ ਹੋ ਮੇਜ਼ ਨੇ ਸ਼ਾਮ ਨੂੰ ਇਹਨਾਂ ਉੱਤੇ ਬਾਜ਼ਾਰ ਲੱਗਦਾ ਹੈ 2 ਘੰਟੇ ਵਾਸਤੇ ਦੇਣਗੇ 1 ਰੁਪਿਆ ਕਿਰਾਏ ਦਾ ਵਸੂਲ ਕਰ ਲੈਣਗੇ ਇਸ ਬਾਜ਼ਾਰ ਕਰਕੇ ਹਜ਼ਾਰਾਂ ਰੁਪਏ ਠੁੱਲਾ ਸ਼ਾਮ ਨੂੰ ਬਣਾ ਲੈਂਦਾ ਪਹਿਲਾਂ 1 ਰੁਪਿਆ ਹੁੰਦਾ ਸੀ ਹੁਣ 2 ਲੈਂਦਾ ਹੈ 10 ਰੁਪਏ ਕਮੇਟੀ ਵਾਲੇ ਲੈਂਦੇ ਨੇ ਪਹਿਲਾਂ 5 ਲੈਂਦੇ ਸੀ 8 9 ਜਮਾਦਾਰ ਪਹਿਲਾਂ 4 ਆਨੇ ਹੁੰਦੇ ਸੀ ਸਾਰੇ ਅਕਲ ਲੜਾ ਕੇ ਕਮਾਈ ਕਰਦੇ ਨੇ ਜਦ ਬਾਜ਼ਾਰ ਲੱਗ ਜਾਏਗਾ ਦੁਕਾਨਾਂ ਸਾਜ ਜਾਣਗੀਆਂ ਝਾੜੂ ਲੈ ਕੇ ਜਮਾਦਾਰ ਸਫਾਈ ਕਰਨ ਆ ਤਮਕਦਾ ਹਰ ਦੁਕਾਨਦਾਰ 8 9 ਦੇ ਕੇ ਅੱਗੇ ਤੋਰ ਦਿੰਦਾ ਤੇ ਜੇ ਕੋਈ ਨਾਂ ਦੇਵੇ ਤਾਂ ਬੋਲੇਗਾ ਪਰੇ ਹਟਾਓ ਸਮਾਨ ਮੈਂ ਸਫਾਈ ਕਰਨੀ ਹੈ ਸੜਕ ਉਤੇ ਝਾੜੂ ਮਾਰਨਾ ਸ਼ੁਰੂ ਕਰਦਾ ਹੈਗਾ ਸ਼ਿਕਾਇਤ ਕਰਨ ਤੌਰ ਪਵੇਗਾ ਦੁਕਾਨਦਾਰ ਸੋਚਦਾ 8 9 ਕੀ ਹੁੰਦੇ ਨੇ ਇਸ ਤਰ੍ਹਾਂ ਹਰ ਸਫਾਈ ਵਾਲਾ 2-300 ਰੁਪਏ ਸ਼ਾਮ ਨੂੰ ਇਕੱਠਾ ਕਰ ਲੈਂਦਾ ਹੈ ਤਨਖਾਹ ਵਕਰੀ ਤੂੰ ਦਾਸ ਪਈਆ ਤੇਰੇ ਪਿੰਡ ਚ ਜਮਾਦਾਰ ਨੂੰ ਇੰਨੇ ਪੈਸੇ ਮਿਲਦੇ ਨੇ ਨਹੀਂ ਮਿਲਦੇ ਉਹ ਮੂਰਖ ਨੇ ਸਾਰਾ ਦਿਨ ਲੋਕਾਂ ਨੂੰ ਵੱਡੇ ਸਮਝ ਕੇ ਸਲਾਮ ਮਾਰਦਾ ਫਿਰੇਗਾ ਮਾਈ ਬਾਪ ਤੇ ਮਾਲਕ ਕਹਿੰਦਾ ਰਹੇਗਾ ਤੇ ਇੱਥੋਂ ਦੇ ਲੋਕਾਂ ਕੋਲ ਅਕਲ ਹੈਗੀ ਪੈਸਾ ਲੈ ਲੈਣ ਦੀ ਔਰ ਪੈਸਾ ਹੈਗਾ ਦੇਣ ਵਾਸਤੇ ਹੋਰ ਸੁਣ ਇਹ 4 ਅੰਨੇ ਤੋਂ 8 ਅੰਨੇ ਕਿਵੇਂ ਹੋਏ 1 ਤੋਂ 2 ਕਿਵੇਂ ਹੋਏ 5 ਤੋਂ 10 ਕਿਵੇਂ ਹੈ ਉਹ ਸਾਹਮਣੇ ਲਾਲ ਕਿਲਾ ਸਵੇਰੇ ਚੰਗੀ ਤਰ੍ਹਾਂ ਬੁਖਾ ਕੇ ਲਿਆਵਾਂਗਾ ਤੈਨੂੰ ਕੁਝ ਦਿਨ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਆਏ ਝੰਡਾ ਚੁਲਾਉਣ ਵਾਸਤੇ ਭਾਸ਼ਣ ਕੀਤਾ ਬਹੁਤ ਲੰਮਾ ਭਾਸ਼ਣ ਖਲਾਸਾਏ ਸੀ ਦੇਸ਼ ਨੂੰ ਅੱਗੇ ਕਿਵੇਂ ਵਧਾਇਆ ਜਾਏ ਦੇਸ਼ ਨੂੰ ਮਜ਼ਬੂਤ ਕਿਵੇਂ ਕੀਤਾ ਜਾਏ ਦੇਸ਼ ਦੀ ਤਾਕਤ ਕਿਵੇਂ ਬਣੇ ਸੋਚ-ਸੋਚ ਕੇ ਬੋਲੇ ਜਿੱਥੇ ਵੀ ਕੋਈ ਕੰਮ ਕਰਦਾ ਹੈ ਹਰ ਇੱਕ ਨੂੰ ਖੂਬ ਕੰਮ ਕਰਨਾ ਚਾਹੀਦਾ ਹੈ ਲੋਕਾਂ ਨੂੰ ਵੱਧ ਕਮਾਈ ਕਰਨੀ ਚਾਹੀਦੀ ਹੈ ਲੋਕ ਅਮੀਰ ਹੋਣਗੇ ਤਾਂ ਹੀ ਦੇਸ਼ ਅਮੀਰ ਹੋਏਗਾ ਜਿਨ੍ਹਾਂ ਨੇ ਸੁਣਿਆ ਆਪਣੇ ਆਪਣੇ ਧੰਦੇ 'ਚ ਵੱਧ ਕਮਾਈ ਸ਼ੁਰੂ ਕਰਤੀ ਚਾਹ ਵਾਲਿਆਂ ਨੇ 12 ਅੰਨਿਆਂ ਦੀ ਪਿਆਲੀ ਕਰ ਦਿੱਤੀ ਪੂਰੀ ਵਾਲਿਆਂ ਨੇ ਸਿੱਧੀ ਰੁਪਏ ਦੀ ਸਿਨੇਮਾ ਵਾਲਿਆਂ ਨੇ ਸਵਾਹ ਵਾਲੀ ਟਿਕਟ 9.2 ਦੀ ਕਰਤੀ ਮਠਿਆਈ ਵਾਲੇ ਦਾਲਾਂ ਵਾਲੇ ਆਟਾ ਵੇਚਣ ਵਾਲੇ ਸਭ ਦੇਸ਼ ਨੂੰ ਮਜ਼ਬੂਤ ਕਰਨ ਲੱਗੇ ਫਿਰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜੋ ਨੇੜੇ ਰਹੇਗਾ ਉਹੀ ਤਾਂ ਸੁਨੇਗਾ ਜੇ ਕੁਛ ਦਿਨ ਪਹਿਲਾਂ ਆ ਜਾਂਦਾ ਤੂੰ ਵੀ ਸੁਣ ਲੈਂਦਾ ਹੁਣ ਅਗਲੇ ਸਾਲ ਸੁਣ ਲੈ ਹੋਰ ਵੀ ਅਕਲ ਦੇਣ ਵਾਲੇ ਬਹੁਤ ਨੇ ਇੱਥੇ ਕੋਈ ਨਾ ਕੋਈ ਭੱਸ਼ਣ ਹੁੰਦਾ ਹੀ ਰਹਿੰਦਾ ਇੱਥੇ ਤਾਂ ਸੁਣਨ ਵਾਲਾ ਹੋਵੇ ਬੰਦਾ ਇਹ ਹੈ ਆਪਣਾ ਅੱਡਾ ਇੱਥੇ ਬੈਠਦੇ ਨੇ ਰੋਟੀ ਵੇਚਣ ਵਾਲੇ ਇੱਧਰ ਬੈਠਦੇ ਆਪਾਂ ਕੰਗਲੇ ਜੋ ਨਜ਼ਾਰਾ ਇੱਥੇ ਦਿਸਦਾ ਨਾ ਉਹ ਸੜਕ ਉੱਤੇ ਚੱਲ ਕੇ ਨਹੀਂ ਦਿਸਦਾ ਬਹੁਤ ਭੀੜ ਹੁੰਦੀ ਹੈ ਸੜਕ ਉੱਤੇ ਦਿਨ ਵੇਲੇ ਇੱਥੇ ਬੈਠ ਕੇ ਭੀੜ ਨੂੰ ਵੇਖੋ ਏਨ ਲੱਗਦਾ ਜਿਵੇਂ ਸਭ ਪਾਗਲਖਾਨੇ ਚੋਂ ਛੁੱਟ ਕੇ ਆਏ ਹੈ ਇੱਕ ਦੂਜੇ ਨਾਲ ਟਕਰਾਉਂਦੇ ਆ ਗਾਲ੍ਹਾਂ ਦਿੰਦੇ ਆ ਇੱਕ ਦੂਜੇ ਨੂੰ ਤੈਨੂੰ 10 ਦਿਨਾਂ ਚੱਕ ਲਾ ਜਾਏਗੀ ਦੁਨੀਆ ਪਾਗਲ ਦਿਸੇਗੀ ਨੱਠੀ ਫਿਰਦੀ ਸਾਰੇ ਜੰਜਾਲ ਭੁੱਲ ਜਾਏਗਾ ਕਿਸੇ ਤੂੰ ਲੈਣਾ ਕੀ ਆਪਾਂ ਸੋਚੇਗਾ ਬੋਲਦਾ ਬੋਲਦਾ ਗੋਪਾਲ ਚੁੱਪ ਹੋ ਜਾਂਦਾ ਦੁਬਾਰਾ ਬੋਲਣ ਲੱਗਦਾ ਤਾਂ ਕਿਸ਼ਨ ਨੂੰ ਉਹਦੀ ਆਵਾਜ਼ ਬਦਲੀ ਹੋਈ ਲੱਗਦੀ ਹੈ ਉਦਾਸ ਵੀ ਕਿਸ਼ਨ ਭਈਆ ਜੇ ਮੇਰੇ ਨਾਲ ਰਹਿਣਾ ਆਪਸਦਾਰੀ ਨਿਭਾਉਣੀ ਹੈ ਤਾਂ ਮੇਰੇ ਕੁਝ ਉਸੂਲ ਹੈ ਮੈਂ ਪਹਿਲਾਂ ਦੱਸ ਦਿਆਂ ਮੈਂ ਤੇਰੇ ਨਾਲ ਦੋਸਤੀ ਰੱਖਣਾ ਚਾਹਣਾ ਕੋਈ ਇਕੱਦਾ ਤਾਂ ਆਪਣੇ ਪਾਸੇ ਦਾ ਹੋਵੇ ਪਿੰਡ ਚ ਕੀ ਹੁੰਦਾ ਲੋਕ ਦੋਸਤੀ ਕਰਨ ਵੇਲੇ ਗੱਲ ਖੋਲਦੇ ਨੇ ਇਸ ਕਰਕੇ ਝਗੜੇ ਹੋ ਜਾਂਦੇ ਆਪਸਦਾਰੀ ਤਾਂ ਨਿਭਦੀ ਐ ਜੇ ਦੋਵੇਂ ਤੇਰੇ ਇੱਕੋ ਜਿਹੇ ਹੋਣ ਬਰਾਬਰ ਦੀ ਗੱਲ ਕਰਨ ਵਾਲੀਆਂ ਪਹਿਲਾ ਸੂਲ ਇਥੇ ਇੱਕ ਕੰਗਲਾ ਹਸਲੂ ਉਹ ਬਹੁਤ ਹਰਾਮੀ ਹੈਗਾ ਮੁਸਟੰਡਾ ਇੱਕ ਨੰਬਰ ਦਾ ਸਾਲਾ 30 ਸਾਲਾਂ ਦਾ ਐ ਪਰ ਖੇਡਦਾ ਛੋਟੇ ਛੋਟੇ ਮੁੰਡਿਆਂ ਨਾਲ ਉਹ ਇਥੇ ਲੈਣ ਲਗਵਾਉਂਦਾ ਆਪਣੇ ਆਪ ਨੂੰ ਦਾਦਾ ਸਮਝਦਾ ਰੋਟੀ ਵੇਚਣ ਵਾਲੇ ਉਹਨੂੰ ਖੂਬ ਮੱਖਣ ਲਾਉਂਦੇ ਨੇ ਤੇਜ ਤੇ ਹਰ ਨੂੰ ਮਿਠਾਈ ਵੀ ਦਿੰਦੇ ਨੇ ਤੇ ਦਾਨੀ ਆਵੇ ਜਾਂ ਨਾ ਆਵੇ ਉਹਨੂੰ ਪਲੇਟ 'ਚ ਪਰੋਸ ਕੇ ਖਾਣਾ ਦਿੰਦੇ ਨੇ ਸਭ ਤੋਂ ਪਹਿਲਾਂ ਫਿਲਮ ਵਾਸਤੇ ਪੈਸੇ ਵੀ ਦਿੰਦੇ ਨੇ ਜਿਹੜਾ ਰੋਟੀ ਵੇਚਣ ਵਾਲਾ ਉਹਨੂੰ ਨਰਾਜ਼ ਕਰ ਲਵੇ ਉਹਦਾ ਧੰਦਾ ਚੌਪਟ ਕਰ ਦਿੰਦਾ ਉਹਦੀ ਦੁਕਾਨ ਅੱਗੇ ਲੈਣ ਹੀ ਨਹੀਂ ਲੱਗਣ ਦਿੰਦਾ ਕੰਗਲਿਆਂ ਦੀ ਸਭ ਕੰਗਲੇ ਉਹਦਾ ਰੋਹ ਮੰਨਦੇ ਨੇ ਉਹ ਸਾਲਾ ਮਾਰਦਾ ਵੀ ਹੈ ਨਵੇਂ ਆਏ ਮੁੰਡਿਆਂ ਨੂੰ ਫਸਾਉਣ ਦਾ ਯਤਨ ਕਰਦਾ ਸਾਲਾ ਨੋਟਬੁੱਕ ਖਾ ਕੇ ਚੋਗ ਸੁਟੇਗਾ ਫਿਲਮ ਦਾ ਲਾਲਚ ਦੇਗਾ ਤੇ ਜੇ ਮੇਰੇ ਨਾਲ ਆਪਸਦਾਰੀ ਰੱਖਣੀ ਹੈ ਤਾਂ ਹਸਲੂ ਦੇ ਚੱਕਰ 'ਚ ਨਹੀਂ ਆਉਣਾ ਦੇਖੋ ਭਈਆ ਇੱਜ਼ਤ ਕੁੜੀ ਦੀ ਹੋਵੇ ਮੁੰਡੇ ਦੀ ਹੋਵੇ ਆਪਣੇ ਵਾਸਤੇ ਬਰਾਬਰ ਜਿਸ ਦਿਨ ਤੂੰ ਉਹਦਾ ਰੋਹ ਮੰਨ ਲਿਆ ਆਪਣੀ ਬੋਲਬਾਣੀ ਖਤਮ ਦੂਜੇ ਚੋਰੀ ਚਕਾਰੀ ਜਾਂ ਪਾਕਟ ਨਹੀਂ ਮਾਰਨੀ ਪਾਕਟ ਭਾਈ ਅੰਗਰੇਜ਼ ਲੋਕ ਜੇਬ ਨੂੰ ਆਖਦੇ ਨੇ ਜੇਬ ਕਤਰਾ ਨਹੀਂ ਬੰਨਣਾ ਤੇਰੇ ਨਾਲ ਮੈਨੂੰ ਵੀ ਪੁਲਿਸ ਧਰ ਲਏਗੀ ਚੋਰੀ ਤੋਂ ਬਿੱਗਰ ਕੰਮ ਚੱਲਦਾ ਹੋਵੇ ਫਿਰ ਪੁਲਿਸ ਦੇ ਲਫੜੇ 'ਚ ਪੈਣ ਦੀ ਕੀ ਲੋੜ ਹੈ ਸਮਝ ਗਏ ਭਈਆ ਇੱਧਰ ਬਹੁਤ ਸਾਰੇ ਕੰਗਲੇ ਕੀ ਕਰਦੇ ਨੇ ਸਾਰਾ ਦਿਨ ਖਾਂਦੇ ਰਹਿਣਗੇ ਜਦ ਕੋਈ ਦਾਨੀ ਆਇਆ ਝਟਕ ਤਾਰਚ ਖੜੇ ਹੋ ਜਾਣਗੇ ਆਪਣੀ ਭੁੱਖ ਦਾ ਉਹਨਾਂ ਨੂੰ ਪਤਾ ਨਹੀਂ ਰਹਿੰਦਾ ਫਿਰ ਲਾਲ ਕਿਲੇ ਵੱਲ ਨੱਠ ਪੈਣਗੇ ਨਾ ਉੱਥੇ ਪਾਣੀ ਨਾ ਪਰਦਾ ਉਸੇ ਤਰ੍ਹਾਂ ਗੰਦੇ ਫਿਰਦੇ ਰਹਿਣਗੇ ਬਿਗੈਰ ਹੱਤ ਹੋਏ ਆਪਾਂ ਦੋ ਟਾਈਮ ਹੀ ਖਾਂਦੇ ਆ ਜਦੋਂ ਭੁੱਖ ਹੋਵੇ ਸਾਲਾ ਪੇਟ ਤਾਂ ਆਪਣਾ ਔਰ ਚਾਰ ਅੰਨੇ ਦੇ ਕੇ ਸ਼ੌਚੇਜ ਬੈਠਦੇ ਆ ਸ਼ੌਚ ਨਹੀਂ ਜਾਂਦੇ ਸਵੇਰੇ ਸਵੇਰੇ ਲੋਟਾ ਲੈ ਕੇ ਬਾਹਰ ਜਾਂਦੇ ਆ ਖੇਤਾਂ ਵੱਲ ਇੱਥੇ ਖੇਤ ਤਾਂ ਹੈ ਨਹੀਂ ਮਾਰਕੀਟ ਦੇ ਵਿੱਚ ਘਾਰ ਜ਼ਮੀਨ ਦੇ ਢੇਠਾਂ ਪੱਕਾ ਲਾਲ ਪੱਥਰਾਂ ਦਾ ਸ਼ੌਚ ਬਣਿਆ ਹੋਇਆ ਹੈ ਲਾਲ ਕਿਲੇ ਵਰਗਾ ਉੱਥੋਂ ਦਾ ਜਮਾਦਾਰ ਹਰ ਬੈਠਣ ਵਾਲੇ ਤੋਂ 8 ਅੰਨੇ ਲੈਂਦਾ ਪਾਣੀ ਬਾਣ ਦੇ ਆਪਣੇ ਤੋਂ 4 ਅੰਨੇ ਵੀ ਲੈ ਲੈਂਦਾ ਪਾਣੀ ਹੁੰਦਾ ਹੈ ਸਫਾਈ ਹੁੰਦੀ ਹੈ ਪਰ ਤਾਂ ਆਪਾਂ ਜੇਬ 'ਚ ਸਾਬਣ ਰੱਖਦੇ ਆ ਇੱਕ ਸਾਬਣ 2 ਮਹੀਨੇ ਚੱਲ ਜਾਂਦਾ ਫਿਰ ਕਿਉਂ ਗੰਦੇ ਰਹੀਏ ਸਾਲੇ ਪੈਸੇ ਬਚਾ ਕੇ ਕੀ ਕਰਨੇ ਨੇ ਜਿਸ ਦਿਨ ਤੇਰੇ ਜੂਆਂ ਪੈ ਗਈਆਂ ਉਸ ਦਿਨ ਸਮਝੋ ਆਪਣੀ ਆਪਸਦਾਰੀ ਖਤਮ ਗੰਦੇ ਤੇ ਮੂਰਖ ਬੰਦੇ ਨਾਲ ਆਪਣੀ ਦੋਸਤੀ ਨਹੀਂ ਨਿਪ ਸਕਦੀ ਫਿਰ ਘਰ ਨਾ ਪਏ ਰਹਿੰਦੇ ਇੱਥੇ ਆਉਣ ਦੀ ਕੀ ਲੋੜ ਸੀ ਇੱਕ ਗੱਲ ਹੋਰ ਸਾਫ਼ ਦੱਸਦੇ ਆ ਆਪਣੇ ਨਾਲ ਰਹਿਣਾ ਤੇ ਪਿੱਛੇ ਦੇ ਸਭ ਜੰਜਾਲ ਭੁੱਲਣੇ ਹੋਣਗੇ ਪਿਛਲੀਆਂ ਸਭ ਗੱਲਾਂ ਭੁਲਾ ਦੇਣੀਆਂ ਹੋਣਗੀਆਂ ਆਪਣੇ ਨਾਲ ਕਿਸੇ ਦੀ ਚਿੰਤਾ ਬਿੰਦਾਂ ਨਹੀਂ ਕਰਨੀ ਇੱਥੇ ਇੱਕ ਬਿਹਾਰੀ ਐ ਤੈਨੂੰ ਕੱਲ ਨੂੰ ਵਿਖਾਵਾਂਗਾ ਉਹ ਸਾਡੇ ਨਾਲ ਹੀ ਰੋਟੀ ਖਾਂਦਾ ਦੋਵੇਂ ਟਾਈਮ ਪਰ ਸਾਡੇ ਵਰਗੀ ਐਸ਼ ਉਹਦੇ ਭਾਗਾਂ 'ਚ ਨਹੀਂ ਉਹ ਸਾਲਾ ਸ਼ਹਿਰ ਆ ਗਿਆ ਪਰ ਨਾਲ ਘਰ ਦੇ ਜੰਜਾਲ ਵੀ ਲੈ ਆਇਆ ਹਰ ਮਹੀਨੇ ਬਾਪੂ ਨੂੰ ਚਿੱਠੀ ਪਾਉਂਦਾ ਹੈ ਕਬਾੜੀ ਦੀ ਦੁਕਾਨ ਉੱਤੇ ਬਾਪੂ ਦੀ ਚਿੱਠੀ ਆਉਂਦੀ ਰਹਿੰਦੀ ਹੈ ਮਸ਼ੀਨ ਚਾਕੇ ਉਹਦੇ ਬਾਪ ਦੀ ਬਾਹਂ ਕੱਟੀ ਗਈ ਪਿੱਛੇ ਪਿੰਡ ਬੈਠਾ ਚਿੱਠੀ ਚ ਲਿਖ ਭੇਜੇਗਾ RAM ਜੀ ਦੀ ਕਿਰਪਾ ਨਾਲ ਤੇਰਾ ਇੱਕ ਭਾਈ ਹੋਰ ਆ ਗਿਆ ਤੇਰੀ ਅੰਮਾ ਨੂੰ ਗੁੰਦ ਰਲਾ ਕੇ ਦੇਣੀ ਹੈ ਵਿਚਾਰੀ ਬਹੁਤ ਕਮਜ਼ੋਰ ਹੋ ਗਈ ਹੈ ਇਸ ਵਾਰ ਪੈਸੇ ਕੁਝ ਜ਼ਿਆਦਾ ਭੇਜਣੇ ਉਹ ਸਾਲਾ ਸਾਰਾ ਦਿਨ ਕਾਗਜ਼ ਗੱਤੇ ਚੁੰਡਦਾ ਫਿਰੇਗਾ ਦਿਨ ਚ ਦੋ ਵਾਰੀ ਕਬਾੜੀ ਨੂੰ ਵੇਚ ਕੇ ਆਏਗਾ 10-12 ਰੁਪਏ ਦਿਹਾੜੀ ਦੇ ਬਣਾ ਲੈਂਦਾ ਰੋਟੀ ਦਾਨ ਦੀ ਖਾ ਕੇ ਪੈਸੇ ਬਾਪ ਨੂੰ ਭੇਜ ਦਿੰਦਾ। ਮੇਰੇ ਨਾਲ ਉਹਦੀ ਬਹੁਤ ਆਪਸਦਾਰੀ ਹੁੰਦੀ ਸੀ। ਆਪਣੇ ਵਾਂਗੂ ਉਹ ਵੀ شریف ਮੁੰਡਾ। ਕਈ ਵਾਰੀ ਉਹਨੂੰ ਉਹਨੇ ਮੈਨੂੰ 10 ਰੁਪਏ ਤੱਕ ਉਧਾਰੇ ਦਿੱਤੇ। ਪਰ ਜਦੋਂ ਰਾਤ ਨੂੰ ਸੌਣ ਲੱਗਦੇ ਕੋਈ ਫਿਲਮ ਦੀ ਕਹਾਣੀ ਸੁਣਾਉਂਦਾ ਕੋਈ ਹੋਰ ਕਿੱਸਾ ਦਿਲ ਬਹਿਲਾਉਣ ਵਾਲਾ ਉਹ ਸਾਲਾ ਆਪਣੇ ਘਰਦਿਆਂ ਦੀਆਂ ਗੱਲਾਂ ਸ਼ੁਰੂ ਕਰ ਦਿੰਦਾ। ਛੋਟੇ ਭੈਣ ਭਰਾਵਾਂ ਦੀ ਚਿੰਤਾ ਕਰਦਾ। ਯਾਦ ਕਰ ਕਰਕੇ ਰੋਣ ਲੱਗਦਾ। ਆਪਾਂ ਨੂੰ ਬਹੁਤ ਬੁਰਾ ਲੱਗਦਾ। ਸਾਲਾ ਜਿਸ ਜੰਗਾਲ ਚੋਂ ਇੱਕ ਵਾਰ ਨਿਕਲ ਆਏ ਫਿਰ ਉਸੇ ਨੂੰ ਚਮੇੜੀ ਰੱਖੋ ਉਹਦੀਆਂ ਗੱਲਾਂ ਸੁਣ ਕੇ ਕਈ ਵਾਰ ਮੇਰਾ ਵੀ ਦਿਲ ਉਦਾਸ ਹੋ ਜਾਂਦਾ ਆਪਣੇ ਬਾਪ ਦੀ ਯਾਦ ਆਉਂਦੀ ਤਪਦੇਗ ਨਾਲ ਬਿਮਾਰ ਛੱਡ ਕੇ ਆਇਆ ਸੀ ਪਤਾ ਨਹੀਂ ਜਿੰਦਾ ਜਾਂ ਮਰ ਗਿਆ ਉਹਦਾ ਸੰਸਕਾਰ ਕਿਨੇ ਕੀਤਾ ਹੋਏਗਾ ਹਰਦवार ਕੋਈ ਫੁੱਲ ਪਾ ਕੇ ਆਇਆ ਹੋਏਗਾ ਜਾਂ ਨਹੀਂ ਕਿਸੇ ਨੇ ਪੰਡਤ ਤੋਂ ਉਹਦੀ ਗਤੀ ਕਰਵਾਈ ਹੈ ਜਾਂ ਹਾਲੇ ਪ੍ਰੇਤ ਜੁਨੀ ਚ ਉਹਦੀ ਆਤਮਾ ਭਟਕਦੀ ਫਿਰਦੀ ਹੈ ਬਿਮਾਰ ਨੂੰ ਛੱਡ ਕੇ ਮਾਂ ਕਿਸੇ ਹੋਰ ਨਾਲ ਚਲੀ ਗਈ ਸੀ ਸਾਲੀ ਢਿੱਡ ਦੀ ਸਗੀ ਉਦਿਆਂ ਗੱਲਾਂ ਸੁਣ ਕੇ ਸਾਲਾ ਦਿਲ ਬਹੁਤ ਖਰਾਬ ਹੋ ਜਾਂਦਾ ਮੈਂ ਉਹਨੂੰ ਬਹੁਤ ਵਾਰ ਰੋਕਦਾ ਭਈਆ ਮੇਰੇ ਕੋਲੇ ਇਹ ਗੱਲਾਂ ਨਾ ਕਰ ਪਰ ਉਹ ਬਾਜ਼ ਹੀ ਨਾ ਆਉਂਦਾ ਇੱਕ ਦਿਨ ਮੈਂ ਕਿਹਾ ਤੇਰਾ ਮੇਰਾ ਰਸਤਾ ਅਲੱਗ ਸਾਲਾ ਇੱਕ ਵਾਰ ਇਨਸਾਨ ਦੀ ਜੂਨ ਮਿਲੀ ਹੈ ਉਹ ਵੀ ਰੋ ਰੋ ਕੇ ਲੰਗਾ ਦਿਓ ਜਿਹਨੇ ਮਰਨਾ ਹੈ ਉਹਨੂੰ ਕੋਈ ਨਹੀਂ ਬਚਾ ਸਕਦਾ ਸਮਝ ਗਏ ਮੇਰੇ ਨਾਲ ਦੋਸਤੀ ਰੱਖਣੀ ਹੈ ਤਾਂ ਪਿੱਛੇ ਦੀ ਕੋਈ ਗੱਲ ਨਹੀਂ ਕਰਨੀ ਬਸ ਖਾਓ ਪੀਓ ਐਸ਼ ੜਾਓ ਆਪਾਂ ਦੁਨੀਆ ਤੋਂ ਕੀ ਲੈਣਾ ਕਿਸ਼ਨ ਭਈਆ ਇਹਨੀ ਅਕਲ ਆਉਂਦੀ ਸਭ ਦੁੱਖ ਦੂਰ 但我。